ਹਾਂਜੀ ਸਟੂਡੈਂਟ, ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਆਫਟਰਨੂਨ ਤੁਹਾਡਾ ਸਾਰਿਆਂ ਦਾ। ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ MSW ਸਟੱਡੀ ਦੇ ਵਿੱਚ ਮੈਂ ਮਨਪ੍ਰੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ। ਸੋ ਸਟੂਡੈਂਟ, ਅੱਜ ਦੀ ਪੰਜਾਬੀ ਦੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਟੂਡੈਂਟ ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚੋਂ MSW ਸਟੱਡੀ ਐਪ ਨੂੰ ਡਾਊਨਲੋਡ ਕਰੋ। ਪੇਡ ਕੋਰਸ ਲੈਣਾ, ਕੋਈ ਵੀ ਇਨਫੋਰਮੇਸ਼ਨ ਪ੍ਰਾਪਤ ਕਰਨੀ ਤਾਂ ਸਟੂਡੈਂਟ ਤੁਸੀਂ ਸਾਨੂੰ 9878731752 ਨੰਬਰ ਜਿਹੜਾ ਸਕਰੀਨ 'ਤੇ ਸ਼ੋ ਹੋ ਰਿਹਾ ਇਸ ਨੰਬਰ 'ਤੇ ਕੋਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਵਟਸਐਪ ਗਰੁੱਪ ਨਾਲ ਜੁਆਇਨ ਨਹੀਂ ਹੋਏ, ਠੀਕ ਹੈ, ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਓਪਨ MCQ ਕਰ ਸਕਦੇ ਹੋ, ਫ੍ਰੀ MCQ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਲਈ ਸਟੂਡੈਂਟ ਤੁਸੀਂ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰੋਗੇ, ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰਾਂਗੇ। ਔਰ ਦੂਸਰੀ ਇੰਪੋਰਟੈਂਟ ਗੱਲ ਇਹ ਸਟੂਡੈਂਟ ਕਿ ਤੁਸੀਂ ਟੈਲੀਗ੍ਰਾਮ ਚੈਨਲ MSW ਸਟੱਡੀ ਟੈਲੀਗ੍ਰਾਮ ਚੈਨਲ ਜਿਹੜਾ ਉਸਨੂੰ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੌਕ ਟੈਸਟ ਹੋਣੇ ਜਾਂ ਫਿਰ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਦੇ ਰਿਗਾਰਡਿੰਗ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਇਨਫੋਰਮ ਕੀਤਾ ਜਾਵੇਗਾ। ਸੋ ਜਿਨ੍ਹਾਂ ਜਿਨ੍ਹਾਂ ਸਟੂਡੈਂਟਸ ਨੇ ਅਜੇ ਤੱਕ MSW ਸਟੱਡੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸੋ ਸਟੂਡੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ। ਸੋ ਕਲਾਸ ਨੂੰ ਸ਼ੁਰੂ ਕਰਦੇ ਹਾਂ। ਪੈਨ ਕਾਪੀ ਆਪਣੇ ਕੋਲ ਰੱਖੋ, ਕਲਾਸ ਵਿੱਚ ਜੋ ਵੀ ਕਰਵਾਇਆ ਜਾਂਦਾ ਉਹਨੂੰ ਨੋਟ ਜ਼ਰੂਰ ਕਰਨਾ। ਸਟੂਡੈਂਟ, ਸਭ ਤੋਂ ਪਹਿਲਾ ਕੁਐਸਚਨ ਹੈ, ਪੁਆਧੀ ਉਪਭਾਸ਼ਾ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਹੁਣ ਅਸੀਂ ਪੰਜਾਬ ਦੀਆਂ ਕਿਹੜੀਆਂ ਕਿਹੜੀਆਂ ਸੀਗੀਆਂ ਅਜੋਕੇ ਸਾਡੇ ਪੰਜਾਬ ਦੀਆਂ 4 ਉਪਭਾਸ਼ਾਵਾਂ ਆ, ਦੁਆਬੀ, ਮਾਝੀ, ਪੁਆਧੀ ਅਤੇ ਮਲਵਈ, ਹੈ ਨਾ। ਸੋ ਅਸੀਂ ਕਰ ਚੁੱਕੇ ਹਾਂ, ਮਾਝੀ ਕਿੱਥੇ ਬੋਲੀ ਜਾਂਦੀ ਹੈ, ਅਸੀਂ ਗੁਪਤਾ ਤੋਂ ਯਾਦ ਕੀਤਾ ਸੀ, ਗੁਪਤਾ ਗੱਗੇ ਅਤੇ ਗੁਰਦਾਸਪੁਰ, ਪੱਪੇ ਦੇ ਪਠਾਨਕੋਟ, ਤੱਤੇ ਦੇ ਤਰਨ ਤਾਰਨ ਅਤੇ ਬਾਕੀ ਅੰਮ੍ਰਿਤਸਰ, ਠੀਕ ਹੈ, ਮਾਝੀ ਬੋਲੀ ਜਾਂਦੀ। ਸੋ ਪੁਆਧੀ ਉਪਭਾਸ਼ਾ ਜਿਹੜੀ ਉਹ ਕਿੱਥੇ, ਹੁਣ ਦੁਆਬੀ ਵੀ ਅਸੀਂ ਕਰ ਚੁੱਕੇ, ਦੁਆਬੀ ਕਿੱਥੇ ਬੋਲੀ ਜਾਂਦੀ ਸੀਗੀ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਦੇ ਵਿੱਚ, ਹੈ ਨਾ। ਸੋ ਕਹਿੰਦੇ ਕਿ ਪੁਆਧੀ ਉਪਭਾਸ਼ਾ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਬੋਲੀ ਜਾਂਦੀ, ਦੇਖੋ, ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੋਪੜ ਜਿਹਨੂੰ ਰੂਪਨਗਰ ਵੀ ਕਹਿੰਦੇ ਆ, ਪਟਿਆਲੇ ਦਾ ਪੂਰਬੀ ਭਾਗ ਅਤੇ ਅੰਬਾਲੇ ਦਾ ਪੱਛਮੀ ਭਾਗ, ਅੰਬਾਲਾ ਜਿਹੜਾ ਹਰਿਆਣੇ ਦੇ ਵਿੱਚ ਆ, ਕਿ ਉਪਰੋਕਤ ਸਾਰੇ। ਸੋ ਸਟੂਡੈਂਟ, ਅੰਬਾਲਾ ਜਿਹੜਾ ਹਰਿਆਣੇ ਦੇ ਨਾਲ ਲੱਗਦਾ ਆ, ਅੰਬਾਲੇ ਦਾ ਪੱਛਮੀ ਭਾਗ ਜਿਹੜਾ, ਉੱਥੇ ਵੀ ਪੰਜਾਬੀ, ਉਹ ਪੰਜਾਬੀ ਦੀ ਉਪਭਾਸ਼ਾ ਪੁਆਧੀ ਬੋਲੀ ਜਾਂਦੀ। ਸੋ ਸਾਡੇ ਕੋਲ ਰਾਈਟ ਆਂਸਰ ਆਵੇਗਾ ਡੀ, ਡੀ ਇਜ਼ ਆ ਰਾਈਟ ਆਂਸਰ, ਪੁਆਧੀ ਉਪਭਾਸ਼ਾ ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੋਪੜ, ਪਟਿਆਲੇ ਦੇ ਪੂਰਬੀ ਭਾਗ ਅਤੇ ਅੰਬਾਲੇ ਦੇ ਪੱਛਮੀ ਭਾਗ ਵਿੱਚ ਬੋਲੀ ਜਾਂਦੀ। ਸੋ ਸਟੂਡੈਂਟ ਨੋਟ ਕਰ ਲਓ, ਇੱਥੇ ਆਣ ਕੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ, ਠੀਕ ਹੈ। ਨੈਕਸਟ ਦੇਖੋ, ਹੇਠ ਲਿਖਿਆ ਵਿੱਚੋਂ ਕਿਹੜੀ ਉਪਭਾਸ਼ਾ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਹੁਣ ਕਿਹੜੀ ਉਪਭਾਸ਼ਾ ਜਿਹੜੇ ਪਾਕਿਸਤਾਨ ਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ, ਪੱਛਮੀ ਪੰਜਾਬ ਵਿੱਚ ਬੋਲੀ ਜਾਂਦੀ ਹੈ, ਦੇਖੋ, ਪੋਠੋਹਾਰੀ, ਦੁਆਬੀ, ਮੁਲਤਾਨੀ, ਕਿ ਉਪਰੋਕਤ ਈ ਅਤੇ ਬੀ। ਸਟੂਡੈਂਟ ਜਿਹੜੀ ਦੁਆਬੀ ਉਹ ਆਂਸਰ ਨਹੀਂ ਹੋ ਸਕਦਾ, ਦੁਆਬੀ ਜਿਹੜੀ ਹੈ ਸਾਡੇ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲੇ ਵਿੱਚ ਬੋਲੀ ਜਾਂਦੀ ਹੈ। ਸੋ ਜਿਹੜੀ ਆਪਸ਼ਨ ਡੀ ਆ ਉਹ ਰਾਈਟ ਆਪਸ਼ਨ ਹੈ, ਜਿਹੜੀ ਕਿ ਮੁਲਤਾਨੀ ਅਤੇ ਪੋਠੋਹਾਰੀ ਉਪਭਾਸ਼ਾ ਇਹ ਪਾਕਿਸਤਾਨ ਵਿੱਚ ਬੋਲੀ ਜਾਂਦੀ। ਤੁਸੀਂ ਯਾਦ ਰੱਖਣਾ, ਪੋਠੋਹਾਰੀ ਅਤੇ ਜਿਹੜੀ ਮੁਲਤਾਨੀ ਹੈ ਨਾ ਉਪਭਾਸ਼ਾ, ਇਹ ਪਾਕਿਸਤਾਨ ਦੀ ਉਪਭਾਸ਼ਾ ਹੈ, ਠੀਕ ਹੈ, ਪਾਕਿਸਤਾਨ ਵਿੱਚ ਬੋਲੀ ਜਾਂਦੀ ਇਹ। ਨੈਕਸਟ ਦੇਖੋ, ਪਾਕਿਸਤਾਨ ਦੇ ਰਾਵਲਪਿੰਡੀ, ਜੇਹਲਮ ਅਤੇ ਕੈਲਮਪੁਰ ਦੇ ਜ਼ਿਲ੍ਹਿਆਂ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ। ਹੁਣ ਸਾਨੂੰ ਕੁਐਸਚਨ ਤੋਂ ਇੰਨਾ ਕਲੀਅਰ ਹੋ ਗਿਆ ਕਿ ਜਿਹੜਾ ਪਾਕਿਸਤਾਨ ਹੈ ਉਹਦੇ ਵਿੱਚ ਜ਼ਿਲ੍ਹੇ ਹੈ ਕਿਹੜੇ ਹੈ, ਰਾਵਲਪਿੰਡੀ ਵੀ ਪਾਕਿਸਤਾਨ ਵਿੱਚ ਹੈ, ਕੈਮਲਪੁਰ ਵੀ। ਸੋ ਇਹਨਾਂ ਜ਼ਿਲ੍ਹਿਆਂ ਵਿੱਚ, ਪਾਕਿਸਤਾਨ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ, ਮੁਲਤਾਨੀ,
ਪੋਠੋਹਾਰੀ ਡੋਗਰੀ ਕਿ ਉਪਰੋਕਤ ਸਾਰੇ। ਹੁਣ ਅਸੀਂ ਪਿਛਲੇ ਕੁਐਸਚਨ 'ਚ ਕੀਤਾ ਕਿ ਮੁਲਤਾਨੀ ਅਤੇ ਪੋਠੋਹਾਰੀ ਪਾਕਿਸਤਾਨ ਵਿੱਚ ਬੋਲੀ ਜਾਂਦੀ। ਇਹਨਾਂ ਦੋਨਾਂ 'ਚੋਂ ਇੱਕ ਆਂਸਰ ਆਏਗਾ ਸੀ ਆਂਸਰ ਨਹੀਂ ਹੋ ਸਕਦਾ ਕਿਉਂਕਿ ਡੋਗਰੀ ਜਿਹੜੀ ਹੈ ਇਹ ਜੰਮੂ ਹਿਮਾਚਲ ਵਿੱਚ ਬੋਲੀ ਜਾਂਦੀ ਡੋਗਰੀ ਉਪਭਾਸ਼ਾ। ਸੋ ਦੇਖੋ ਕੈਮਲਪੁਰ ਦੇ ਜ਼ਿਲ੍ਹੇ ਜੇਹਲਮ ਅਤੇ ਰਾਵਲਪਿੰਡੀ ਵਿੱਚ ਬੋਲੀ ਜਾਂਦੀ ਹੈ ਪੋਠੋਹਾਰੀ ਉਪਭਾਸ਼ਾ। ਆਪਸ਼ਨ ਜਿਹੜੀ ਬੀ ਹੈ ਉਹ ਰਾਈਟ ਆਪਸ਼ਨ ਹੈ। ਪਾਕਿਸਤਾਨ ਦੇ ਰਾਵਲਪਿੰਡੀ ਜੇਹਲਮ ਅਤੇ ਕੈਮਲਪੁਰ ਦੇ ਜ਼ਿਲ੍ਹਿਆਂ ਵਿੱਚ ਪੋਠੋਹਾਰੀ ਉਪਭਾਸ਼ਾ ਬੋਲੀ ਜਾਂਦੀ। ਨੋਟ ਕਰ ਲਓ ਇਹਨੂੰ, ਯਾਦ ਕਰਨਾ ਤੁਸੀਂ। ਨੈਕਸਟ ਦੇਖੋ, ਪਾਕਿਸਤਾਨ ਵਿੱਚ ਸਭ ਤੋਂ ਵੱਧ ਉਪ ਬੋਲੀ ਕਿਹੜੀ ਬੋਲੀ ਜਾਂਦੀ। ਹੁਣ ਪਾਕਿਸਤਾਨ ਵਿੱਚ ਮੁਲਤਾਨੀ ਅਤੇ ਪੋਠੋਹਾਰੀ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ। ਸੋ ਸਭ ਤੋਂ ਵੱਧ ਜਿਹੜੀ ਹੈ ਉਹ ਕਿਹੜੀ ਬੋਲੀ ਜਾਂਦੀ ਹੈ, ਸਭ ਤੋਂ ਵੱਧ ਉਪਭਾਸ਼ਾ ਕਿਹੜੀ ਬੋਲੀ ਜਾਂਦੀ ਪਾਕਿਸਤਾਨ ਵਿੱਚ? ਮੁਲਤਾਨੀ, ਪੋਠੋਹਾਰੀ, ਪੁਆਧੀ ਅਤੇ ਉਪਰੋਕਤ ਸਾਰੇ। ਪੁਆਧੀ ਜਿਹੜੀ ਤਾਂ ਸਾਡੇ ਇੱਧਰ ਬੋਲੀ ਜਾਂਦੀ ਹੈ ਨਾ, ਪੂਰਬੀ ਪੰਜਾਬ ਵਿੱਚ। ਸੋ ਪਾਕਿਸਤਾਨ ਵਾਲੇ ਪੱਛਮੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਉਪਭਾਸ਼ਾ ਜਿਹੜੀ ਬੋਲੀ ਜਾਂਦੀ ਉਹ ਹੈ ਮੁਲਤਾਨੀ। ਆਪਸ਼ਨ ਏ ਜਿਹੜੀ ਰਾਈਟ ਆਪਸ਼ਨ ਹੈ, ਤੁਸੀਂ ਯਾਦ ਰੱਖਣਾ, ਇਹ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਯਾਦ ਹੋਣੇ ਚਾਹੀਦੇ ਇੱਦਾਂ ਦੇ ਕੁਐਸਚਨ। ਨੈਕਸਟ ਦੇਖੋ, ਮੁਲਤਾਨੀ ਉਪਭਾਸ਼ਾ ਪਾਕਿਸਤਾਨ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ? ਹੁਣ ਮੁਲਤਾਨੀ ਉਪਭਾਸ਼ਾ ਜਿਹੜੀ ਕਿ ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ, ਪਰ ਪਾਕਿਸਤਾਨ ਦੇ ਕਿਹੜੇ ਕਿਹੜੇ ਇਲਾਕਿਆਂ 'ਚ ਬੋਲੀ ਜਾਂਦੀ? ਦੇਖੋ, ਬਹਾਵਲਪੁਰ ਅਤੇ ਝੰਗ, ਡੇਰਾ ਗਾਜੀ ਖਾਂ, ਸਿਆਲਕੋਟ ਅਤੇ ਰਾਵਲਪਿੰਡੀ ਕਿ ਉਪਰੋਕਤ ਏ ਅਤੇ ਬੀ? ਹਾਂਜੀ, ਆਂਸਰ ਕਰੋ। ਸੋ ਸਟੂਡੈਂਟ, ਜਿਹੜਾ ਆਂਸਰ ਆਇਆ ਸਾਡੇ ਕੋਲ ਡੀ ਜਿਹੜਾ ਰਾਈਟ ਆਂਸਰ ਹੈ, ਬਹਾਵਲਪੁਰ, ਝੰਗ ਅਤੇ ਡੇਰਾ ਗਾਜੀ ਖਾਂ ਦੇ ਵਿੱਚ ਮੁਲਤਾਨੀ ਉਪਭਾਸ਼ਾ ਬੋਲੀ ਜਾਂਦੀ। ਨੋਟ ਕਰ ਲਓ, ਬਹਾਵਲਪੁਰ, ਝੰਗ, ਡੇਰਾ ਗਾਜੀ ਖਾਂ ਵਿੱਚ ਮੁਲਤਾਨੀ ਉਪਭਾਸ਼ਾ ਬੋਲੀ ਜਾਂਦੀ ਪਾਕਿਸਤਾਨ ਵਿੱਚ। ਔਰ ਜੇਹਲਮ, ਕੈਲਮਪੁਰ ਅਤੇ ਰਾਵਲਪਿੰਡੀ ਵਿੱਚ ਕਿਹੜੀ ਬੋਲੀ ਜਾਂਦੀ ਹੈ? ਪੋਠੋਹਾਰੀ। ਨੈਕਸਟ ਦੇਖੋ, ਹੇਠ ਲਿਖਿਆ ਵਿੱਚੋਂ ਕਿਸ ਭਾਸ਼ਾ ਨੂੰ ਭਾਰਤੀ ਸੰਵਿਧਾਨ ਵਿੱਚ ਸੁਤੰਤਰ ਭਾਸ਼ਾ ਦੀ ਮਾਨਤਾ ਦਿੱਤੀ ਗਈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਨੋਟ ਕਰ ਲਓ, ਤੁਹਾਨੂੰ ਪਤਾ ਹੋਣਾ ਚਾਹੀਦਾ। ਪੀ ਐੱਸ ਟੈਟ ਤੋਂ ਇਲਾਵਾ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇੱਦਾਂ ਦੇ ਕੁਐਸਚਨ ਜਿਹੜੇ ਤੁਹਾਡੇ ਟਿਪਸ 'ਤੇ ਹੋਣੇ ਚਾਹੀਦੇ ਆ। ਹੇਠ ਲਿਖਿਆ ਵਿੱਚੋਂ ਕਿਸ ਭਾਸ਼ਾ ਨੂੰ ਭਾਰਤੀ ਸੰਵਿਧਾਨ ਵਿੱਚ ਸੁਤੰਤਰ ਭਾਸ਼ਾ ਦੀ ਮਾਨਤਾ ਦਿੱਤੀ ਗਈ ਹੈ? ਡੋਗਰੀ ਨੂੰ, ਦੁਆਬੀ ਨੂੰ, ਪੰਜਾਬੀ ਨੂੰ ਕਿ ਮਾਝੀ ਨੂੰ? ਹਾਂਜੀ ਸਟੂਡੈਂਟ, ਆਂਸਰ ਜਿਹੜਾ ਇਹ ਸਾਡੇ ਕੋਲ ਰਾਈਟ ਆਂਸਰ ਹੈ, ਡੋਗਰੀ। ਜਿਹੜੀ ਡੋਗਰੀ ਉਪਭਾਸ਼ਾ ਇਹਨੂੰ ਸੁਤੰਤਰ ਭਾਸ਼ਾ ਦਾ ਨਾਮ ਦਿੱਤਾ ਗਿਆ ਹੈ ਭਾਰਤੀ ਸੰਵਿਧਾਨ ਵਿੱਚ। ਸੁਤੰਤਰ ਭਾਸ਼ਾ ਡੋਗਰੀ ਭਾਸ਼ਾ ਜਿਹੜੀ ਕਿ ਜੰਮੂ, ਕਾਂਗੜੇ ਅਤੇ ਹਿਮਾਚਲ ਦੇ ਕੁਝ ਭਾਗਾਂ ਵਿੱਚ ਬੋਲੀ ਜਾਂਦੀ ਹੈ, ਠੀਕ ਹੈ। ਨੈਕਸਟ ਦੇਖੋ, ਡੋਗਰੀ ਦਾ ਮੁੱਖ ਕੇਂਦਰ ਕਿਹੜਾ ਹੈ? ਡੋਗਰੀ ਕੀ ਹੈ? ਇੱਕ ਹੁਣ ਸੁਤੰਤਰ ਭਾਸ਼ਾ ਬਣ ਗਈ ਜਿਹੜੀ ਡੋਗਰੀ ਹੈ। ਸੋ ਡੋਗਰੀ ਦਾ ਮੁੱਖ ਕੇਂਦਰ ਕਿਹੜਾ ਜ਼ਿਲ੍ਹਾ ਹੈ? ਹਿਮਾਚਲ, ਜੰਮੂ, ਜਲੰਧਰ ਕਿ ਪਠਾਨਕੋਟ? ਡੋਗਰੀ ਦਾ ਮੁੱਖ ਕੇਂਦਰ ਜ਼ਿਲ੍ਹਾ ਜਿੱਥੇ ਸਭ ਤੋਂ ਵੱਧ ਬੋਲੀ ਜਾਂਦੀ ਹੈ ਉਹ ਹੈ ਸਾਡੇ ਕੋਲ ਆਪਸ਼ਨ ਬੀ, ਜੰਮੂ, ਜਿਹੜਾ ਡੋਗਰੀ ਦਾ ਮੁੱਖ ਕੇਂਦਰੀ ਜ਼ਿਲ੍ਹਾ ਹੈ, ਠੀਕ ਹੈ। ਸਭ ਤੋਂ ਵੱਧ ਜੰਮੂ ਵਿੱਚ ਡੋਗਰੀ ਬੋਲੀ ਜਾਂਦੀ, ਡੋਗਰੀ ਦਾ ਮੁੱਖ ਕੇਂਦਰ ਜੰਮੂ ਹੈ। ਡੋਗਰੀ ਜਿਹੜੀ ਹੁਣ ਭਾਰਤੀ ਸੰਵਿਧਾਨ ਵਿੱਚ ਸੁਤੰਤਰ ਭਾਸ਼ਾ ਦੀ ਮਾਨਤਾ ਪ੍ਰਾਪਤ ਕਰ ਚੁੱਕੀ ਹੈ, ਠੀਕ ਹੈ। ਨੈਕਸਟ ਦੇਖੋ, ਡੋਗਰੀ ਉਪਭਾਸ਼ਾ ਕਿਹੜੇ ਕਿਹੜੇ ਖੇਤਰਾਂ 'ਚ ਬੋਲੀ ਜਾਂਦੀ? ਡੋਗਰੀ ਕੀ ਹੈ? ਇੱਕ ਸੁਤੰਤਰ ਭਾਸ਼ਾ ਬਣ ਗਈ ਹੈ ਨਾ ਡੋਗਰੀ ਜਿਹੜੀ, ਇਹਦਾ ਮੁੱਖ ਕੇਂਦਰ ਕਿਹੜਾ ਸੀ? ਜੰਮੂ। ਸੋ ਇਹ ਜੰਮੂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਖੇਤਰਾਂ 'ਚ ਬੋਲੀ ਜਾਂਦੀ? ਦੇਖੋ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਕਾਂਗੜੇ ਅਤੇ ਉਪਰੋਕਤ ਸਾਰੇ। ਆਂਸਰ ਡੀ ਜਿਹੜਾ ਰਾਈਟ ਆਂਸਰ ਹੈ, ਡੋਗਰੀ ਉਪਭਾਸ਼ਾ ਹਿਮਾਚਲ ਪ੍ਰਦੇਸ਼ ਵਿੱਚ, ਕਾਂਗੜੇ, ਜੰਮੂ ਅਤੇ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ, ਠੀਕ ਹੈ। ਯਾਦ ਰੱਖਣਾ ਤੁਸੀਂ ਇਹ ਵਾਲੀ ਉਪਭਾਸ਼ਾ ਵਾਲਾ ਕੁਐਸਚਨ ਇੱਕ ਨਾ ਇੱਕ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ। ਸੋ ਇਹ ਉਪਭਾਸ਼ਾਵਾਂ ਵਾਲੇ ਜਿਹੜੇ ਕੁਐਸਚਨ ਅਸੀਂ ਕੱਲ੍ਹ ਵਾਲੀ ਅਤੇ ਅੱਜ ਵਾਲੀ ਕਲਾਸ ਵਿੱਚ ਕਰ ਰਹੇ ਹਾਂ, ਕੋਈ ਵੀ ਕੁਐਸਚਨ ਤੁਸੀਂ ਸਕਿੱਪ ਨਹੀਂ ਕਰਨਾ। ਨੈਕਸਟ ਦੇਖੋ, ਪੰਜਾਬੀ ਵਿੱਚ ਜਿਹੜੀ ਸਰਬ ਸਾਂਝੀ ਭਾਸ਼ਾ ਵਰਤੀ ਜਾਂਦੀ ਉਸਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ? ਹੁਣ ਪੰਜਾਬੀ ਦੀਆਂ ਉਪਭਾਸ਼ਾਵਾਂ ਸਾਡੇ ਪੰਜਾਬ ਦੇ ਵਿੱਚ ਚਾਰ ਹੈ, ਦੁਆਬੀ, ਮਾਝੀ, ਮਲਵਈ ਅਤੇ ਪੁਆਧੀ।
ਇਹਨਾਂ ਭਾਸ਼ਾਵਾਂ ਵਿੱਚੋਂ ਜਿਹੜੀ ਸਰਬ ਸਾਂਝੀ ਭਾਸ਼ਾ ਉਹ ਕਿਹੜੀ ਭਾਸ਼ਾ ਗੀ? ਮਿਆਰੀ ਭਾਸ਼ਾ, ਸਾਂਝੀ ਭਾਸ਼ਾ, ਪੰਜਾਬੀ ਭਾਸ਼ਾ ਕਿ ਸਥਾਨਕ ਭਾਸ਼ਾ? ਸਟੂਡੈਂਟ, ਜਿਹੜੀ ਪੰਜਾਬ ਵਿੱਚ ਸਰਬ ਸਾਂਝੀ ਭਾਸ਼ਾ ਵਰਤੀ ਜਾਂਦੀ ਉਸਨੂੰ ਮਿਆਰੀ ਭਾਸ਼ਾ ਕਹਿੰਦੇ ਆ। ਮਿਆਰੀ ਭਾਸ਼ਾ ਦਾ ਸ਼ੁੱਧ ਰੂਪ ਹੁੰਦਾ ਆ, ਠੀਕ ਹੈ। ਮਿਆਰੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਵੀ ਕਹਿੰਦੇ ਆ, ਕੇਂਦਰੀ ਭਾਸ਼ਾ ਵੀ ਕਹਿੰਦੇ ਆ। ਪੰਜਾਬੀ ਦੀ ਜਿਹੜੀ ਮਿਆਰੀ ਭਾਸ਼ਾ ਉਹ ਮਾਝੀ ਭਾਸ਼ਾ ਹੈ, ਠੀਕ ਹੈ। ਯਾਦ ਕਰ ਲਓ, ਜਿਹੜੀ ਸਰਬ ਸਾਂਝੀ ਭਾਸ਼ਾ ਆ ਪੰਜਾਬ ਦੀ ਉਹ ਹੈਗੀ ਮਾਝੀ, ਠੀਕ ਹੈ। ਸਰਬ ਸਾਂਝੀ ਭਾਸ਼ਾ ਨੂੰ ਮਿਆਰੀ, ਟਕਸਾਲੀ ਜਾਂ ਕੇਂਦਰੀ ਭਾਸ਼ਾ ਵੀ ਕਿਹਾ ਜਾਂਦਾ ਹੈ, ਠੀਕ ਹੈ। ਨੋਟ ਕਰਦੇ ਜਾਣਾ ਹੈ। ਨੈਕਸਟ ਸਟੂਡੈਂਟ, ਕਲਾਸ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਗਰ ਤੁਸੀਂ ਪੇਡ ਕੋਰਸ ਲੈਣਾ, ਬਹੁਤ ਹੀ ਘੱਟ ਫੀਸ ਵਿੱਚ ਤੁਹਾਨੂੰ MSW ਸਟੱਡੀ ਐਪ ਦੇ ਵਿੱਚ ਕੋਰਸ ਕਰਵਾਇਆ ਜਾ ਰਿਹਾ, ਠੀਕ ਹੈ। ਇਹ ਵਾਲਾ ਐਪ ਤੁਸੀਂ ਡਾਊਨਲੋਡ ਕਰਕੇ ਪੇਡ ਕੋਰਸ ਲੈ ਸਕਦੇ ਹੋ। ਅਗਰ ਤੁਸੀਂ ਪੇਡ ਕੋਰਸ ਲੈਣਾ ਸਟੂਡੈਂਟ, ਤਾਂ ਤੁਹਾਨੂੰ ਬਹੁਤ ਘੱਟ ਫੀਸ ਵਿੱਚ ਪੇਡ ਕੋਰਸ ਕਰਵਾਇਆ ਜਾਏਗਾ, ਫੁੱਲ ਸਿਲੇਬਸ ਕਰਵਾਇਆ ਜਾਏਗਾ, ਡੀਪਲੀ ਕੰਟੈਂਟ ਕਰਵਾਇਆ ਜਾਏਗਾ। ਅਗਰ ਤੁਸੀਂ PSTET ਪੇਪਰ 1 ਜਾਂ ਪੇਪਰ 2 ਦੇਣਾ, ਦੋਨਾਂ ਪੇਪਰਾਂ ਵਾਸਤੇ CDP ਜ਼ਰੂਰ 30 ਨੰਬਰ ਦੀ CDP ਆਏਗੀ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ CDP ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ। PSTET 1 ਦੇਣਾ, ETT ਕੀਤੀ ਹੋਈ, 3 ਸਬਜੈਕਟ CDP, ਪੰਜਾਬੀ, ਇੰਗਲਿਸ਼ ਦੀ 3 ਸਬਜੈਕਟਾਂ ਦੀ ਤੁਹਾਨੂੰ ਤਿਆਰੀ ਸਿਰਫ 999 ਰੁਪਏ ਵਿੱਚ ਕਰਵਾਈ ਜਾਏਗੀ। PSTET 2 ਦੇਣਾ SST ਵਾਲੇ ਸਟੂਡੈਂਟ ਹੋ, ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਪੇਪਰ ਤਿਆਰ ਕਰਵਾਇਆ ਜਾਏਗਾ, ਠੀਕ ਹੈ। ਸਾਰੇ ਦਾ ਸਾਰਾ ਸਿਲੇਬਸ, ਸਾਰਾ ਪੇਪਰ ਤਿਆਰ ਕਰਵਾਇਆ ਜਾਏਗਾ ਕੇਵਲ 2000 ਰੁਪਏ ਦੇ ਵਿੱਚ। ਇਹ ਜਿਹੜੇ ਪੇਡ ਕੋਰਸ ਹੈ ਸਟੂਡੈਂਟ, ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ। ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ, PDF ਨੋਟਸ, ਤੁਹਾਡੇ ਮੌਕ ਟੈਸਟ ਹੋਣਗੇ, ਤੁਹਾਡੇ ਤੁਹਾਨੂੰ ਟੋਪਿਕ ਵਾਈਜ਼ MCQ ਕਰਵਾਏ ਜਾਣਗੇ। ਟਾਈਮ ਟੂ ਟਾਈਮ ਤੁਹਾਡੀਆਂ ਲਾਈਵ ਕਲਾਸਾਂ ਵੀ ਹੋਇਆ ਕਰਨਗੀਆਂ, ਜਿਵੇਂ ਕਿ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ, ਠੀਕ ਹੈ। 3 ਵਜੇ ਰਿਕਾਰਡਡ ਆਫਲਾਈਨ ਕਲਾਸ ਪੰਜਾਬੀ ਦੀ ਹੋਵੇਗੀ ਮੇਰੇ ਵੱਲੋਂ, ਜੋ ਹੋਏ ਕਰੇਗੀ। 5:30 ਹਰਜੀਤ ਸਰ ਵੱਲੋਂ SST NCERT ਬੇਸਡ SST ਹੋਵੇ ਕਰੇਗੀ, ਲਾਈਵ ਕਲਾਸ ਹੋਏ ਕਰੇਗੀ, ਠੀਕ ਹੈ। ਔਰ ਸਟੂਡੈਂਟ 8:30 CDP ਦੀ ਕਲਾਸ ਜਿਹੜੀ ਚੱਲਦੀ ਆ ਉਹ ਵੀ ਚੱਲਦੀ ਰਹੇਗੀ, ਹਰਜੀਤ ਸਰ ਦੇ ਦੁਆਰਾ ਲਾਈਵ ਕਲਾਸ 8:30 ਰਾਤ। ਔਰ 9:30 SST ਦੀ, ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ SST ਹੈ, ਮੋਸਟ ਇੰਪੋਰਟੈਂਟ MCQ, ਅਸੀਂ ਉਸ ਕਲਾਸ ਵਿੱਚ ਲਾਈਵ ਕਰਿਆ ਕਰਾਂਗੇ। ਸੋ ਸਟੂਡੈਂਟ, ਅਜੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ MSW ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਟਾਈਮ ਟੇਬਲ ਸੈੱਟ ਕਰੋ, ਸਾਡੇ ਨਾਲ ਜੁੜ ਕੇ ਆਪਣੀ ਸਟੱਡੀ ਜਿਹੜੀ ਵਧੀਆ ਤਰੀਕੇ ਨਾਲ ਕਰੋ, ਠੀਕ ਹੈ। ਅਗਰ ਤੁਸੀਂ ਪੇਡ ਕੋਰਸ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰਾਪਤ ਕਰਨੀ ਹੈ, ਤਾਂ ਸਟੂਡੈਂਟ ਤੁਸੀਂ ਸਾਨੂੰ 9878737312 ਜਿਹੜਾ ਨੰਬਰ ਸਕਰੀਨ 'ਤੇ ਸ਼ੋ ਰਿਹਾ, ਇਸ ਨੰਬਰ 'ਤੇ ਕੋਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ। ਜੇਕਰ ਤੁਸੀਂ ਵਟਸਐਪ ਗਰੁੱਪ ਨਾਲ ਅਜੇ ਤੱਕ ਜੁਆਇਨ ਨਹੀਂ ਹੋਏ, ਤਾਂ ਸਟੂਡੈਂਟ ਵਟਸਐਪ ਗਰੁੱਪ ਨਾਲ ਜੁਆਇਨ ਹੋ ਜਾਓ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਲਈ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰੋ ਤੁਸੀਂ, ਅਤੇ ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰਾਂਗੇ। ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਓਪਨ MCQ, ਫਰੀ MCQ ਤੁਸੀਂ ਕਰ ਸਕਦੇ ਹੋ। ਸਟੂਡੈਂਟ ਤੁਸੀਂ ਟੈਲੀਗ੍ਰਾਮ ਚੈਨਲ MSW ਸਟੱਡੀ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੌਕ ਟੈਸਟ ਲਏ ਜਾਣੇ, ਜਾਂ ਫਿਰ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਦੇ ਰਿਗਾਰਡਿੰਗ, ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਇਨਫੋਰਮ ਕੀਤਾ ਜਾਵੇਗਾ, ਠੀਕ ਹੈ। ਸੋ ਨੈਕਸਟ ਕਲਾਸ ਕਰਦੇ ਹਾਂ ਕੰਟੀਨਿਊ। ਮਿਆਰੀ ਉਪਭਾਸ਼ਾ ਦੇ ਹੋਰ ਕਿਹੜੇ ਕਿਹੜੇ ਨਾਂ ਹਨ? ਹੁਣ ਪੰਜਾਬੀ ਦੀ ਸਰਬ ਸਾਂਝੀ ਭਾਸ਼ਾ ਨੂੰ ਕੀ ਕਹਿੰਦੇ ਆ? ਮਿਆਰੀ ਭਾਸ਼ਾ। ਮਿਆਰੀ ਭਾਸ਼ਾ ਕਿਹੜੀ ਹੈ? ਸਾਡੇ ਪੰਜਾਬ ਦੀ ਕੇਂਦਰੀ ਭਾਸ਼ਾ, ਜਿਹਨੂੰ ਕਹਿੰਦੇ ਆ ਟਕਸਾਲੀ ਭਾਸ਼ਾ ਵੀ ਕਹਿੰਦੇ ਆ, ਠੀਕ ਹੈ। ਮਿਆਰੀ ਉਪਭਾਸ਼ਾ ਦੇ ਹੋਰ ਕਿਹੜੇ ਕਿਹੜੇ ਨਾਮ ਹੈ? ਅਸੀਂ ਡਾਇਰੈਕਟ ਆਨਸਰ ਕਰਦੇ ਹਾਂ, ਮਿਆਰੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਵੀ ਕਹਿੰਦੇ ਆ, ਕੇਂਦਰੀ ਭਾਸ਼ਾ ਵੀ ਕਹਿੰਦੇ ਆ। ਇਸ ਕਰਕੇ ਆਪਸ਼ਨ ਜਿਹੜੀ ਡੀ ਆ ਉਹ ਰਾਈਟ ਆਪਸ਼ਨ ਹੈ, ਠੀਕ ਹੈ। ਸਰਬ ਸਾਂਝੀ ਪੰਜਾਬ ਦੀ ਜਿਹੜੀ ਭਾਸ਼ਾ ਗੀ ਟਕਸਾਲੀ ਭਾਸ਼ਾ ਹੈ, ਮਿਆਰੀ ਭਾਸ਼ਾ ਹੈ, ਕੇਂਦਰੀ ਭਾਸ਼ਾ, ਅਤੇ ਪੰਜਾਬੀ ਦੀ ਜਿਹੜੀ ਮਿਆਰੀ, ਟਕਸਾਲੀ ਜਾਂ ਕੇਂਦਰੀ ਉਪਭਾਸ਼ਾ ਉਹ ਹੈ ਮਾਝੀ, ਠੀਕ ਹੈ। ਪੰਜਾਬ ਦੇ ਕੇਂਦਰ ਵਿੱਚ ਹੋਣ ਕਰਕੇ ਇਹਨੂੰ ਕੇਂਦਰੀ ਭਾਸ਼ਾ ਦਾ ਨਾਮ ਦਿੱਤਾ ਗਿਆ। ਮਾਝੀ ਉਪਭਾਸ਼ਾ ਜਿਹੜੀ ਸਾਡੀ ਪੰਜਾਬੀ ਦੀ ਟਕਸਾਲੀ ਭਾਸ਼ਾ ਹੈ, ਕੇਂਦਰੀ ਭਾਸ਼ਾ ਹੈ, ਠੀਕ ਹੈ। ਹੋਰ ਕੇਂਦਰੀ ਜਾਂ ਟਕਸਾਲੀ ਭਾਸ਼ਾ ਉਹ ਹੁੰਦੀ ਹੈ ਜਿਹੜੀ ਕਿ ਅਸੀਂ
ਯੂਜ਼ ਕਿੱਥੇ ਕਰਦੇ ਦੇਖਦੇ ਹਾਂ ਅਸੀਂ ਕਿੱਥੇ ਵਰਤਦੇ ਨੇ, ਅਗਲੇ ਕੁਐਸਚਨ ਵਿੱਚ ਸਾਨੂੰ ਕਲੀਅਰ ਹੋ ਜਾਏਗਾ। ਪੰਜਾਬੀ ਵਿੱਚ ਸਮਾਚਾਰ ਪੱਤਰ, ਰੇਡੀਓ, ਟੈਲੀਵਿਜ਼ਨ ਦੇ ਸਮਾਚਾਰ ਅਤੇ ਪਾਠ ਪੁਸਤਕਾਂ ਦੀ ਭਾਸ਼ਾ ਕਿਹੜੀ ਹੈ? ਹੁਣ ਪੰਜਾਬੀ ਵਿੱਚ ਜਿਹੜੇ ਸਮਾਚਾਰ ਪੱਤਰ ਛਪਦੇ ਆ, ਹੈ ਨਾ, ਉਹਦੇ ਵਿੱਚ ਜਿਹੜੀ ਭਾਸ਼ਾ ਵਰਤਦੇ, ਰੇਡੀਓ ਵਿੱਚ ਜਿਹੜੀ ਰੇਡੀਓ ਚੈਨਲਾਂ 'ਤੇ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ, ਟੈਲੀਵਿਜ਼ਨ 'ਤੇ ਜਿਹੜੇ ਸਮਾਚਾਰ ਆਉਂਦੇ ਪੰਜਾਬੀ ਵਰਤੀ ਜਾਂਦੀ ਹੈ, ਠੀਕ ਹੈ, ਅਤੇ ਜਿਹੜੇ ਪੰਜਾਬੀ ਦੀਆਂ ਪਾਠ ਪੁਸਤਕਾਂ ਗੀਆਂ ਪੰਜਾਬੀ ਮੀਡੀਅਮ ਦੇ ਵਿੱਚ, ਪੰਜਾਬੀ ਤੋਂ ਇਲਾਵਾ ਬਾਕੀ ਸਬਜੈਕਟਾਂ ਦੀਆਂ ਜਿਹੜੀਆਂ ਪਾਠ ਪੁਸਤਕਾਂ ਉਹਦੇ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਉਹ ਕਿਹੜੀ ਹੈ? ਠੀਕ ਹੈ, ਦੇਖੋ ਸਮਾਚਾਰ ਪੱਤਰਾਂ ਵਿੱਚ, ਰੇਡੀਓ, ਟੈਲੀਵਿਜ਼ਨ ਅਤੇ ਪਾਠ ਪੁਸਤਕਾਂ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ ਉਹਨੂੰ ਬੋਲਦੇ ਆ ਟਕਸਾਲੀ ਭਾਸ਼ਾ, ਕੇਂਦਰੀ ਭਾਸ਼ਾ ਜਾਂ ਮਿਆਰੀ ਭਾਸ਼ਾ। ਸੋ ਪੰਜਾਬੀ ਦੀ ਟਕਸਾਲੀ, ਕੇਂਦਰੀ ਜਾਂ ਮਿਆਰੀ ਭਾਸ਼ਾ ਕਿਹੜੀ ਹੈ? ਮਾਝੀ, ਮਲਵਈ, ਪੋਠੋਹਾਰੀ ਕਿ ਮੁਲਤਾਨੀ? ਸਟੂਡੈਂਟ, ਜਿਹੜੀ ਸਮਾਚਾਰ ਪੱਤਰਾਂ, ਰੇਡੀਓ, ਪਾਠ ਪੁਸਤਕਾਂ ਵਿੱਚ ਪੰਜਾਬੀ ਦੀ ਭਾਸ਼ਾ ਵਰਤੀ ਜਾਂਦੀ ਹੈ ਨਾ, ਮਿਆਰੀ ਭਾਸ਼ਾ ਹੈ ਉਹ ਟਕਸਾਲੀ ਭਾਸ਼ਾ, ਅਤੇ ਆਂਸਰ ਇਹ ਸਾਡਾ ਰਾਈਟ ਆਂਸਰ ਹੈ। ਮਾਝੀ ਜਿਹੜੀ ਉਪਭਾਸ਼ਾ ਹੈ ਪੰਜਾਬੀ ਦੀ ਟਕਸਾਲੀ, ਕੇਂਦਰੀ ਜਾਂ ਮਿਆਰੀ ਉਪਭਾਸ਼ਾ, ਇਹ ਜਿਹੜੀ ਭਾਸ਼ਾ ਪੰਜਾਬੀ ਦੀਆਂ ਪਾਠ ਪੁਸਤਕਾਂ, ਪੰਜਾਬੀ ਤੋਂ ਇਲਾਵਾ ਬਾਕੀ ਸਬਜੈਕਟਾਂ ਦੀਆਂ ਪਾਠ ਪੁਸਤਕਾਂ ਜਿਨ੍ਹਾਂ ਪੰਜਾਬੀ ਮਾਧਿਅਮ ਵਿੱਚ ਜਿਹੜੀਆਂ, ਹੈ ਨਾ, ਟੈਲੀਵਿਜ਼ਨ ਵਿੱਚ ਜਿਹੜੇ ਸਮਾਚਾਰ ਆਉਂਦੇ ਆ, ਰੇਡੀਓ ਵਿੱਚ ਜਿਹੜੇ ਪ੍ਰੋਗਰਾਮ ਆਉਂਦੇ ਆ, ਹੈ ਨਾ, ਰੇਡੀਓ 'ਤੇ ਸਮਾਚਾਰ ਪੱਤਰ, ਅਖਬਾਰਾਂ ਜਿਹੜੀਆਂ ਉਹਦੇ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ ਉਹਨੂੰ ਟਕਸਾਲੀ ਭਾਸ਼ਾ ਕਹਿੰਦੇ ਆ। ਸੋ ਮਾਝੀ ਜਿਹੜੀ ਭਾਸ਼ਾ ਇਹ ਜਿਹੜੀ ਵਰਤੀ ਜਾਂਦੀ ਹੈ ਸਮਾਚਾਰ ਪੱਤਰਾਂ, ਰੇਡੀਓ, ਟੈਲੀਵਿਜ਼ਨ ਅਤੇ ਪਾਠ ਪੁਸਤਕਾਂ ਵਿੱਚ, ਠੀਕ ਹੈ। ਨੈਕਸਟ ਦੇਖੋ, ਕਿਸ ਭਾਸ਼ਾ ਦੀ ਵਰਤੋਂ ਆਪਣੀ ਗੱਲਬਾਤ ਨੂੰ ਦੂਸਰੇ ਲੋਕਾਂ ਤੋਂ ਗੁਪਤ ਰੱਖਣ ਲਈ ਕੀਤੀ ਜਾਂਦੀ? ਹੁਣ ਕਿਹੜੀ ਭਾਸ਼ਾ ਜਿਹੜੀ ਕਿ ਅਸੀਂ ਇੱਕ ਜਾਂ ਦੋ ਜਣੇ ਗੱਲ ਕਰਦੇ ਹਾਂ, ਅਸੀਂ ਦੂਸਰੇ ਲੋਕਾਂ ਤੋਂ ਭਾਸ਼ਾ ਨੂੰ ਗੁਪਤ ਰੱਖਦੇ ਹਾਂ, ਕਿਹੜੀ ਭਾਸ਼ਾ ਦੀ ਵਰਤੋਂ ਆਪਣੀ ਗੱਲਬਾਤ ਨੂੰ ਦੂਸਰੇ ਲੋਕਾਂ ਤੋਂ ਗੁਪਤ ਰੱਖਣ ਲਈ ਅਸੀਂ ਕਰਦੇ ਹਾਂ? ਅਪ ਭਾਸ਼ਾ, ਗੁਪਤ ਭਾਸ਼ਾ, ਪੀਜ਼ਨ ਕਿ ਉਪਰੋਕਤ ਸਾਰੇ? ਜਦੋਂ ਅਸੀਂ ਕੋਈ ਕਿਸੇ ਨੂੰ ਕਹਿੰਦੇ ਕਿ ਤੂੰ ਉੱਧਰ ਚਲਾ ਜਾ, ਮੈਂ ਆਪਣੀ ਕੋਈ ਪਰਸਨਲ ਗੱਲ ਕਰਦਾ, ਜਿਹੜੀ ਅਸੀਂ ਪਰਸਨਲ ਗੱਲ ਕਰਨ ਵਾਸਤੇ ਜਿਹੜੀ ਭਾਸ਼ਾ ਵਰਤਦੇ ਉਹ ਕਿਹੜੀ ਭਾਸ਼ਾ ਹੁੰਦੀ ਹੈ? ਜਿਹਨਾਂ ਨੂੰ ਅਸੀਂ ਦੂਸਰਿਆਂ ਨਾਲ ਸ਼ੇਅਰ ਨਹੀਂ ਕਰਦੇ ਸਟੂਡੈਂਟ, ਉਹ ਹੁੰਦੀ ਹੈ ਗੁਪਤ ਭਾਸ਼ਾ, ਠੀਕ ਹੈ। ਕੁਐਸਚਨ ਦੇ ਵਿੱਚ ਹੀ ਇਹਦਾ ਆਂਸਰ ਛੁਪਿਆ ਹੋਇਆ ਸੀ, ਠੀਕ ਹੈ। ਨੈਕਸਟ ਦੇਖੋ, ਜਿਸ ਭਾਸ਼ਾ ਦੇ ਅੰਤਰਗਤ ਕਿਸੇ ਨੂੰ ਮੀਣੇ ਮਾਰੇ ਜਾਣ, ਕਿਸੇ ਦੀ ਨਿੰਦਿਆ ਕੀਤੀ ਜਾਵੇ, ਚਿੜ ਵਿੱਚ ਆ ਕੇ ਸ਼ਬਦਾਵਲੀ ਵਰਤੀ ਜਾਵੇ, ਮਤਲਬ ਗੁੱਸੇ ਵਿੱਚ ਕਿਸੇ ਨੂੰ ਗਾਲਾਂ ਕੱਢੀਆਂ ਜਾਣ, ਕਿਹੜੀ ਭਾਸ਼ਾ ਦਾ ਨਾਮ ਦਿੱਤਾ ਗਿਆ ਉਹਨੂੰ ਜਦੋਂ ਅਸੀਂ ਕਿਸੇ ਨੂੰ ਗੁੱਸੇ ਵਿੱਚ ਗੰਦੇ ਸ਼ਬਦ ਵਰਤਦੇ ਹਾਂ, ਠੀਕ ਹੈ, ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਨੂੰ ਮਿਹਣੇ ਮਾਰਦੇ ਹਾਂ। ਮੰਨ ਲਓ ਪੰਜਾਬ ਦੇ ਪੇਂਡੂ ਔਰਤਾਂ ਕੀ ਕਲੈਣੀ, ਹੈ ਨਾ, ਫੱਫੇ ਕੁੱਟਣੀ, ਜਦੋਂ ਲੜਾਈ ਕਰਦੇ ਹਾਂ ਤੁਸੀਂ ਦੇਖੀਆਂ ਹੋਣਗੀਆਂ ਕਿੱਦਾਂ ਕਿੱਦਾਂ ਦੇ ਜਿਹੜੇ ਸ਼ਬਦ ਵਰਤਦੀਆਂ, ਉਹ ਕਿਹੜੀ ਭਾਸ਼ਾ ਦਾ ਨਾਮ ਦਿੱਤਾ ਗਿਆ ਇਹਨਾਂ ਨੂੰ? ਅਪ ਭਾਸ਼ਾ, ਗੁਪਤ ਭਾਸ਼ਾ, ਸਲੈਂਗ ਕਿ ਉਪਰੋਕਤ ਏ ਅਤੇ ਬੀ। ਹੁਣ ਜਿਹੜੀਆਂ ਭਾਸ਼ਾ, ਜਿਹੜੀ ਭਾਸ਼ਾ ਦੇ ਵਿੱਚ ਅਸੀਂ ਕਿਸੇ ਨੂੰ ਗਾਲਾਂ ਕੱਢਦੇ ਹਾਂ, ਕਿਸੇ ਨੂੰ ਗਲਤ ਸ਼ਬਦ ਵਰਤਦੇ ਹਾਂ, ਹੈ ਨਾ, ਸੋ ਉਹ ਭਾਸ਼ਾ ਕਿਹੜੀ ਹੁੰਦੀ ਹੈ ਸਟੂਡੈਂਟ? ਉਹਨੂੰ ਅਪ ਭਾਸ਼ਾ ਜਾਂ ਸਲੈਂਗ ਭਾਸ਼ਾ ਕਹਿੰਦੇ ਹੋ। ਜਿਹੜੀ ਆਂਸਰ ਡੀ ਆ ਆਪਸ਼ਨ, ਉਹ ਰਾਈਟ ਆਂਸਰ ਹੈ। ਅਪ ਭਾਸ਼ਾ, ਅਪ ਭਾਸ਼ਾ ਹੁੰਦੀ ਹੈ ਜਿਹੜੀ ਕਿ ਅਸੀਂ ਕਿਸੇ ਨੂੰ ਗਾਲਾਂ ਕੱਢਦੇ ਹਾਂ, ਕਿਸੇ ਦੀ ਨਿੰਦਿਆ ਕਰਦੇ ਹਾਂ, ਗੁੱਸੇ ਵਿੱਚ ਆ ਕੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ, ਜਿਵੇਂ ਅਸੀਂ ਕਿਸੇ ਨੂੰ ਕਹਿ ਦਿੰਦੇ ਕਲੈਣੀ, ਹੈ ਨਾ, ਕਿਸੇ ਨੂੰ ਅਸੀਂ ਕੁੱਤਾ ਕਹਿ ਦਿੰਦੇ ਹਾਂ, ਹੈ ਨਾ, ਲੜਾਈ ਕਰਦੇ ਕਰਦੇ, ਸੋ ਇਹ ਕਿਹੜੀ ਹੁੰਦੀ? ਅਪ ਭਾਸ਼ਾ ਹੁੰਦੀ, ਇਹਨੂੰ ਇੰਗਲਿਸ਼ ਵਿੱਚ ਸਲੈਂਗ ਕਹਿੰਦੇ, ਠੀਕ ਹੈ, ਯਾਦ ਰੱਖਣਾ ਤੁਸੀਂ। ਨੈਕਸਟ ਦੇਖੋ, ਨਿਹੰਗ ਸਿੰਘਾਂ ਦੁਆਰਾ ਦੁੱਧ ਨੂੰ ਸਮੁੰਦਰ ਅਤੇ ਛੋਲਿਆਂ ਨੂੰ ਬਦਾਮ ਕਹਿਣਾ ਕਿਸ ਭਾਸ਼ਾ ਦੇ ਅੰਤਰਗਤ ਹੁੰਦਾ ਹੈ? ਹੁਣ ਦੇਖੋ, ਨਿਹੰਗ ਸਿੰਘ ਦੁੱਧ ਨੂੰ ਸਮੁੰਦਰ ਕਹਿੰਦੇ ਅਤੇ ਛੋਲਿਆਂ ਨੂੰ ਬਦਾਮ ਕਹਿੰਦੇ, ਹੈ ਨਾ, ਇਹ ਕਿਹੜੀ ਭਾਸ਼ਾ ਦੇ ਅੰਤਰਗਤ ਆਉਂਦਾ? ਗੁਪਤ ਭਾਸ਼ਾ, ਅਪ ਭਾਸ਼ਾ, ਟਕਸਾਲੀ ਭਾਸ਼ਾ ਕਿ ਪੰਜਾਬੀ ਭਾਸ਼ਾ? ਸਟੂਡੈਂਟ, ਇਹ ਅਪ ਭਾਸ਼ਾ ਨਹੀਂ ਹੈਗੀ, ਦੁੱਧ ਨੂੰ ਸਮੁੰਦਰ ਕਹਿਣਾ ਅਪ ਭਾਸ਼ਾ ਨਹੀਂ ਹੈਗੀ, ਟਕਸਾਲੀ ਭਾਸ਼ਾ ਵੀ ਨਹੀਂ ਹੈ, ਪੰਜਾਬੀ ਭਾਸ਼ਾ ਤਾਂ ਹੈ।
ਸੋ ਸਟੂਡੈਂਟ ਨਿਹੰਗ ਸਿੰਘ ਜਿਹੜੇ ਦੁੱਧ ਨੂੰ ਸਮੁੰਦਰ ਕਹਿੰਦੇ ਆ, ਛੋਲਿਆਂ ਨੂੰ ਬਦਾਮ ਕਹਿੰਦੇ, ਇਹ ਉਹਨਾਂ ਦੀ ਗੁਪਤ ਭਾਸ਼ਾ ਗਈ, ਗੁਪਤ ਸ਼ਬਦ ਹੈ ਇਹਨਾਂ ਦੇ, ਠੀਕ ਹੈ। ਨਿਹੰਗ ਸਿੰਘਾਂ ਦੇ ਆਪਣੇ ਸ਼ਬਦ ਹੈ ਇਹ। ਨਿਹੰਗ ਸਿੰਘ ਦੁੱਧ ਨੂੰ ਸਮੁੰਦਰ ਕਹਿੰਦੇ ਅਤੇ ਛੋਲਿਆਂ ਨੂੰ ਬਦਾਮ ਕਹਿੰਦੇ, ਇਹ ਗੁਪਤ ਭਾਸ਼ਾ ਦੇ ਅੰਤਰਗਤ ਆਉਂਦਾ। ਆਪਸ਼ਨ ਜਿਹੜੀ ਏ ਆ ਇਹ ਰਾਈਟ ਆਪਸ਼ਨ ਹੈ, ਠੀਕ ਹੈ। ਇਹ ਕੁਐਸਚਨ ਸਟੂਡੈਂਟ ਪੀ ਐੱਸ ਐਟ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਰਿਪੀਟ ਹੋ ਚੁੱਕਿਆ, ਸੋ ਇਹਨੂੰ ਤੁਸੀਂ ਜ਼ਰੂਰ ਨੋਟ ਕਰ ਲੈਣਾ। ਨਿਹੰਗ ਸਿੰਘ ਦੁੱਧ ਨੂੰ ਸਮੁੰਦਰ ਅਤੇ ਛੋਲਿਆਂ ਨੂੰ ਬਦਾਮ ਕਹਿੰਦੇ, ਕਿਹੜੀ ਭਾਸ਼ਾ ਦੇ ਅੰਤਰਗਤ ਆਉਂਦਾ? ਗੁਪਤ ਭਾਸ਼ਾ ਦੇ, ਹੈ ਨਾ। ਨੈਕਸਟ ਦੇਖੋ, ਇਹ ਕੁਐਸਚਨ ਪੀ ਐੱਸ ਐਟ ਦੇ ਵਿੱਚ ਰਿਪੀਟ ਹੋ ਚੁੱਕਿਆ ਆ, ਠੀਕ ਹੈ। ਕਿਸੇ ਕਿੱਤੇ ਨਾਲ ਸੰਬੰਧਿਤ ਭਾਸ਼ਾ ਨੂੰ ਕਿਹੜੀ ਭਾਸ਼ਾ ਦਾ ਨਾਮ ਦਿੱਤਾ ਗਿਆ ਹੈ? ਜਿਹੜੀ ਭਾਸ਼ਾ ਕਿਸੇ ਕਿੱਤੇ ਨਾਲ ਸੰਬੰਧਿਤ ਹੁੰਦੀ, ਜਿਵੇਂ ਖੇਤੀਬਾੜੀ ਕਿੱਤਾ ਹੈ, ਡਾਕਟਰੀ ਕਿੱਤਾ ਹੈ, ਇੰਜੀਨੀਅਰਿੰਗ, ਇੰਜੀਨੀਅਰ, ਅਧਿਆਪਕ, ਇਹ ਜਿਹੜੀ ਭਾਸ਼ਾ ਕਿਸੇ ਜਿਹੜੇ ਕਿੱਤੇ ਨਾਲ, ਕਿਸੇ ਕੰਮ ਨਾਲ, ਕਿਸੇ ਕਿੱਤੇ ਨਾਲ ਸੰਬੰਧਿਤ ਹੁੰਦੀ, ਉਹਨੂੰ ਕਿਹੜੀ ਭਾਸ਼ਾ ਕਹਿੰਦੇ? ਵਿਅਕਤੀ ਭਾਸ਼ਾ, ਮਾਤ ਭਾਸ਼ਾ, ਰਜਿਸਟਰ ਭਾਸ਼ਾ, ਕਿ ਕੰਮ ਚਲਾਓ ਭਾਸ਼ਾ। ਸਟੂਡੈਂਟ ਪੀ ਐੱਸ ਐੱਟ ਦੇ ਵਿੱਚ ਇਹ ਕੁਐਸਚਨ ਆਇਆ ਸੀਗਾ ਕਿ ਰਜਿਸਟਰ ਭਾਸ਼ਾ ਕਿਹੜੀ ਹੁੰਦੀ ਹੈ, ਠੀਕ ਹੈ। ਆਂਸਰ ਕੁਐਸਚਨ ਦਾ ਆਏਗਾ ਸੀ, ਕਿੱਤੇ ਨਾਲ ਸੰਬੰਧਿਤ ਭਾਸ਼ਾ ਨੂੰ ਰਜਿਸਟਰ ਭਾਸ਼ਾ ਕਹਿੰਦੀ ਹੈ। ਪੀ ਐੱਸ ਐੱਟ ਦੇ ਵਿੱਚ ਕੁਐਸਚਨ ਆਇਆ ਸੀ ਕਿ ਰਜਿਸਟਰ ਭਾਸ਼ਾ ਕਿਹੜੀ ਹੁੰਦੀ ਹੈ, ਉੱਥੇ ਆਪਸ਼ਨ ਦਿੱਤੀ ਹੋਈ ਸੀ ਕਿੱਤੇ ਨਾਲ ਸੰਬੰਧਿਤ, ਅਲੱਗ ਅਲੱਗ ਆਪਸ਼ਨਾਂ ਦਿੱਤੀਆਂ ਹੋਈਆਂ ਸੀ। ਸੋ ਸਾਡੇ ਕੋਲ ਰਾਈਟ ਆਪਸ਼ਨ ਸੀ ਜਿਹੜੀ ਕਿੱਤੇ ਨਾਲ ਸੰਬੰਧਿਤ, ਕਿੱਤੇ ਨਾਲ ਸੰਬੰਧਿਤ ਭਾਸ਼ਾ ਨੂੰ ਰਜਿਸਟਰ ਭਾਸ਼ਾ ਕਹਿੰਦੀ ਹੈ, ਠੀਕ ਹੈ, ਨੋਟ ਕਰ ਲਓ। ਨੈਕਸਟ ਦੇਖੋ, ਪਿਜ਼ਿਨ ਦਾ ਕੀ ਭਾਵ ਹੈ? ਪਿਜ਼ਿਨ ਕੀ ਹੈ? ਗੁਪਤ ਭਾਸ਼ਾ, ਕੰਮ ਚਲਾਓ ਭਾਸ਼ਾ, ਰਜਿਸਟਰ ਭਾਸ਼ਾ, ਕਿ ਸ਼ੁੱਧ ਭਾਸ਼ਾ? ਸ਼ੁੱਧ ਭਾਸ਼ਾ ਨਹੀਂ ਹੈ ਪਿਜ਼ਿਨ। ਰਜਿਸਟਰ ਭਾਸ਼ਾ ਦਾ ਕਿੱਤੇ ਨਾਲ ਸੰਬੰਧਿਤ ਹੁੰਦੀ ਹੈ, ਗੁਪਤ ਭਾਸ਼ਾ ਵੀ ਨਹੀਂ ਹੈ ਪਿਜ਼ਨ। ਪਿਜ਼ਨ ਦਾ ਅਰਥ ਹੈ, ਪਿਜ਼ਨ ਦਾ ਭਾਵ ਹੈ ਕੰਮ ਚਲਾਓ ਭਾਸ਼ਾ, ਨੋਟ ਕਰ ਲਓ। ਕਈ ਵਾਰੀ ਆ ਜਾਂਦਾ ਪਿਜ਼ਿਨ ਦਾ ਕੀ ਭਾਵ ਹੈ ਜਾਂ ਪਿਜ਼ਿਨ ਦਾ ਕੀ ਅਰਥ ਹੈ, ਤੁਸੀਂ ਆਂਸਰ ਕਰਨਾ ਕੰਮ ਚਲਾਓ ਭਾਸ਼ਾ। ਜਿਹੜੀ ਭਾਸ਼ਾ ਸਾਨੂੰ ਚੰਗੀ ਤਰ੍ਹਾਂ ਨਹੀਂ ਆਉਂਦੀ, ਅਸੀਂ ਕੇਵਲ ਕੰਮ ਚਲਾਉਣ ਵਾਸਤੇ ਹੀ, ਠੀਕ ਹੈ, ਮਾੜੀ ਮੋਟੀ ਗੱਲ ਕਰਨ ਵਾਸਤੇ ਹੀ ਵਰਤ ਲੈਂਦੇ, ਉਹਨੂੰ ਕੰਮ ਚਲਾਓ ਭਾਸ਼ਾ, ਉਹਨੂੰ ਪਿਜ਼ਿਨ ਕਹਿੰਦੇ ਆ, ਠੀਕ ਹੈ। ਨੈਕਸਟ ਦੇਖੋ, ਹਾਂ, ਵੈਰੀ ਫਨੀ ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਵੀ ਹੈ। ਵਰਤਮਾਨ ਸਮੇਂ ਅੰਦਰ ਪੜ੍ਹੇ ਲਿਖੇ ਪੰਜਾਬੀ ਆਪਸੀ, ਆਪਸੇ ਨਹੀਂ ਆਉਣਾ, ਆਪਸੀ ਆਏਗਾ, ਆਪਸੀ ਗੱਲਬਾਤ ਸਮੇਂ ਅੰਗਰੇਜ਼ੀ ਸ਼ਬਦਾਂ ਦੀ ਬਹੁਤ ਵਰਤੋਂ ਕਰਦੇ ਆ। ਹੁਣ ਸਾਡੇ ਪੰਜਾਬੀ ਕੀ ਆ? ਇੰਗਲਿਸ਼ ਮੈਨ ਬਣੇ ਫਿਰਦੇ, ਅੰਗਰੇਜ਼ ਬਣੇ ਫਿਰਦੇ, ਅੱਧੀ ਪੰਜਾਬੀ ਬੋਲੀ ਜਾਂਦੇ ਆ ਅਤੇ ਅੱਧੀ ਇੰਗਲਿਸ਼ ਬੋਲਦੇ ਆ, ਠੀਕ ਹੈ। ਅਜਿਹੀ ਅੰਗਰੇਜ਼ੀ ਨੁਮਾ ਪੰਜਾਬੀ ਨੂੰ ਡੈਸ਼ ਭਾਸ਼ਾ ਦਾ ਨਾਮ ਦਿੱਤਾ ਗਿਆ। ਹੁਣ ਕੀ ਕਰਦੇ ਪੰਜਾਬੀ? ਕਈ ਲੋਕ ਕੀ ਕਰਦੇ ਆ, ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਬੋਲਦੇ, ਮਿਕਸ ਜੀ ਭਾਸ਼ਾ ਬੋਲਦੇ, ਠੀਕ ਹੈ। ਅਜਿਹੀ ਭਾਸ਼ਾ ਨੂੰ ਕਿਹੜੀ ਭਾਸ਼ਾ ਦਾ ਨਾਮ ਦਿੱਤਾ ਗਿਆ? ਇੰਗਲਿਸ਼, ਪਿੰਗਲਿਸ਼, ਸਥਾਨਕ ਭਾਸ਼ਾ, ਕਿ ਵਿਅਕਤੀ ਭਾਸ਼ਾ? ਸੋ ਸਟੂਡੈਂਟ ਆਂਸਰ ਜਿਹੜਾ ਬੀ ਹੈ ਉਹ ਰਾਈਟ ਆਂਸਰ ਹੈ। ਜਦੋਂ ਅਸੀਂ ਪੰਜਾਬੀ ਆਪਸੀ ਗੱਲਬਾਤ ਵਿੱਚ ਪੰਜਾਬੀ ਦੇ ਸ਼ਬਦਾਂ ਤੋਂ ਇਲਾਵਾ ਅੰਗਰੇਜ਼ੀ ਦੇ ਸ਼ਬਦ ਵੀ ਵਰਤਦੇ ਹਾਂ, ਉਹਨੂੰ ਪਿੰਗਲਿਸ਼ ਕਹਿੰਦੇ, ਠੀਕ ਹੈ। ਜਿੱਦਾਂ ਅਸੀਂ ਕਈ ਵਾਰੀ ਗੱਲ ਕਰਦੇ ਹਾਂ ਕਿ ਮੇਰਾ ਪੜ੍ਹਨ ਦਾ ਮਨ ਨਹੀਂ ਕਰਦਾ, ਮੈਨੂੰ ਹੁਣ ਸਟੱਡੀ ਵਿੱਚ ਕੋਈ ਇੰਟਰਸਟ ਨਹੀਂ ਰਿਹਾ, ਠੀਕ ਹੈ, ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਮੇਰਾ ਸਟੱਡੀ ਉੱਤੇ ਕੰਸਨਟਰੇਟ ਨਹੀਂ ਹੁੰਦਾ। ਇਹ ਕੀ ਹੋ ਗਈ? ਮਿਕਸ ਜੀ ਭਾਸ਼ਾ ਹੋ ਗਈ, ਅੱਧੀ ਪੰਜਾਬੀ ਹੋ ਗਈ, ਅੱਧੀ ਕੀ ਹੋ ਗਈ? ਇੰਗਲਿਸ਼। ਸੋ ਇਸ ਨੂੰ ਕਿਹੜਾ ਨਾਮ ਦਿੱਤਾ ਗਿਆ? ਪਿੰਗਲਿਸ਼ ਦਾ, ਠੀਕ ਹੈ। ਨੈਕਸਟ ਦੇਖੋ, ਜਦੋਂ ਕੋਈ ਕੰਮ ਚਲਾਓ ਭਾਸ਼ਾ ਸਥਾਨਕ ਭਾਸ਼ਾ ਬਣ ਜਾਵੇ ਤਾਂ ਉਸਨੂੰ ਕੀ ਕਿਹਾ ਜਾਂਦਾ, ਕਿਸ ਦਾ ਨਾਮ? ਕੰਮ ਚਲਾਓ ਭਾਸ਼ਾ ਕਿਹੜੀ? ਪਿਜ਼ਿਨ, ਠੀਕ ਹੈ। ਜਦੋਂ ਕੰਮ ਚਲਾਓ ਭਾਸ਼ਾ ਸਥਾਨਕ ਭਾਸ਼ਾ ਬਣ ਜਾਵੇ, ਪਿਜ਼ਿਨ, ਕੰਮ ਚਲਾਓ ਭਾਸ਼ਾ ਜਿਹੜੀ ਕਿ ਅਸੀਂ, ਸਾਨੂੰ ਆਉਂਦੀ ਤਾਂ ਨਹੀਂ ਹੁੰਦੀ, ਅਸੀਂ ਮਾੜੀ ਮੋਟੀ ਕਿਸੇ ਕੰਮ ਨੂੰ ਜਾਂ ਕੋਈ ਗੱਲ ਸਮਝਣ ਲਈ ਜਾਂ ਸਮਝਾਉਣ ਲਈ ਵਰਤ ਲੈਂਦੇ, ਉਹ ਹੁੰਦੀ ਕੰਮ ਚਲਾਓ ਭਾਸ਼ਾ, ਜਿਹਨੂੰ ਪਿਜ਼ਿਨ ਵੀ ਕਹਿੰਦੇ। ਜਦੋਂ ਪਿਜ਼ਿਨ ਸਥਾਨਕ ਭਾਸ਼ਾ ਬਣ ਜਾਏ ਤਾਂ ਉਹਨੂੰ ਕੀ ਕਹਿੰਦੇ ਆ? ਪਿਜ਼ਿਨ, ਕ੍ਰਿਓਲ, ਪਿੰਗਲਿਸ਼, ਕਿ ਉਪਰੋਕਤ ਸਾਰੇ? ਕੰਮ ਚਲਾਓ ਭਾਸ਼ਾ ਦਾ ਅਰਥ ਕੀ ਹੈ? ਪਿਜ਼ਿਨ। ਆਪਸ਼ਨ ਏ ਵੀ ਨਹੀਂ ਹੋ ਸਕਦੀ, ਠੀਕ ਹੈ, ਜਦੋਂ ਕੰਮ ਚਲਾਓ ਭਾਸ਼ਾ ਸਥਾਨਕ ਬਣ ਜਾਏ, ਕੁਐਸਚਨ ਦਾ ਇਹ ਗੱਲ ਹੈ।
ਹੁਣ ਪਿੰਗਲਿਸ਼ ਆਂਸਰ ਵੀ ਨਹੀਂ ਹੋ ਸਕਦਾ ਕਿਉਂਕਿ ਪਿੰਗਲਿਸ਼ ਵਿੱਚ ਅੱਧੀ ਅੰਗਰੇਜ਼ੀ ਅਤੇ ਅੱਧੀ ਪੰਜਾਬੀ ਹੁੰਦੀ। ਸੋ ਆਂਸਰ ਬੀ ਜਿਹੜਾ ਸਾਡੇ ਕੋਲ ਰਾਈਟ ਆਂਸਰ ਹੈ। ਜਦੋਂ ਕੰਮ ਚਲਾਓ ਭਾਸ਼ਾ ਸਥਾਨਕ ਭਾਸ਼ਾ ਬਣ ਜਾਂਦੀ। ਸਥਾਨਕ ਭਾਸ਼ਾ ਕੀ ਹੁੰਦੀ ਹੈ ਕਿ ਜਿਹੜੀ ਅਲੱਗ ਅਲੱਗ ਜਦੋਂ ਪਿੰਡ ਕਿਸੇ ਪਿੰਡ ਦੀ ਕਿਸੇ ਏਰੀਏ ਦੀ, ਠੀਕ ਹੈ, ਜਿੱਦਾਂ ਮੰਨ ਲਓ ਅਸੀਂ ਹੁਸ਼ਿਆਰਪੁਰ ਦੇ ਵਿੱਚ ਆਉਂਦਾ ਦਸੂਆ ਮੁਕੇਰੀਆਂ, ਹੈ ਨਾ, ਬੋਲੀ ਤਾਂ ਇੱਥੇ ਦੁਆਬੀ ਜਾਂਦੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਪਰ ਲੋਕਾਂ ਦੀ ਕੋਈ ਆਪਣੀ ਭਾਸ਼ਾ ਵੀ ਹੈ। ਮੁਕੇਰੀਆਂ ਦੇ ਥੋੜ੍ਹੇ ਥੋੜ੍ਹੇ ਸ਼ਬਦ ਅਲੱਗ ਹੈ, ਦਸੂਏ ਦੇ ਅਲੱਗ ਹੈ, ਠੀਕ ਹੈ, ਏਰੀਏ ਵਾਈਜ਼ ਅਲੱਗ ਅਲੱਗ ਸ਼ਬਦ ਹੈ ਸਾਡੇ ਕੋਲ, ਅਲੱਗ ਅਲੱਗ ਸਾਡੀ ਸੋਰ ਹੈ ਬੋਲਣ ਦੀ। ਸੋ ਇਹ ਕੀ ਹੁੰਦੀ ਹੈ, ਸਥਾਨਕ ਭਾਸ਼ਾ ਹੁੰਦੀ ਹੈ। ਠੀਕ ਹੈ, ਕਹਿੰਦੇ ਜਦੋਂ ਕੰਮ ਚਲਾਓ ਭਾਸ਼ਾ ਪੀਜ਼ਿਨ, ਜਿਹਨੂੰ ਕਿ ਅਸੀਂ ਕੰਮ ਚਲਾਓ ਭਾਸ਼ਾ ਕਹਿੰਦੇ ਹਾਂ, ਜਦੋਂ ਕੰਮ ਚਲਾਓ ਭਾਸ਼ਾ ਸਥਾਨਕ ਭਾਸ਼ਾ ਬਣ ਜਾਂਦੀ ਤਾਂ ਉਹਨੂੰ ਕ੍ਰਿਓਲ ਦਾ ਨਾਮ ਦਿੱਤਾ ਗਿਆ। ਤੁਸੀਂ ਨੋਟ ਕਰ ਲਓ, ਕ੍ਰਿਓਲ ਕੀ ਹੁੰਦੀ ਹੈ, ਜਦੋਂ ਕੰਮ ਚਲਾਓ ਭਾਸ਼ਾ ਸਥਾਨਕ ਭਾਸ਼ਾ ਬਣ ਜਾਂਦੀ ਹੈ। ਠੀਕ ਹੈ, ਨੈਕਸਟ ਦੇਖੋ, ਬੋਲਣ ਵੇਲੇ ਮੂੰਹ ਦੇ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਵਿਆਕਰਣ ਵਿੱਚ ਕੀ ਕਹਿੰਦੇ ਨੇ। ਹੁਣ ਅਸੀਂ ਭਾਸ਼ਾ ਬੋਲਦੇ ਹਾਂ, ਠੀਕ ਹੈ, ਭਾਸ਼ਾ ਦਾ ਇੱਕ ਰੂਪ ਮੌਖਿਕ ਰੂਪ ਹੈ ਬੋਲਣਾ, ਹੈ ਨਾ। ਅਸੀਂ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਕੱਢਦੇ ਉਹਨੂੰ ਵਿਆਕਰਣ ਵਿੱਚ ਕੀ ਕਹਿੰਦੇ। ਆਵਾਜ਼, ਸੁਰ, ਬੋਲੀ ਕੇ ਧੁਨੀਆਂ, ਬਹੁਤ ਈਜ਼ੀ ਕੁਐਸਚਨ ਹੈ ਸਟੂਡੈਂਟ। ਜਿਹੜੀਆਂ ਅਸੀਂ ਮੂੰਹ ਵਿੱਚੋਂ ਸਾਰਥਕ ਆਵਾਜ਼ਾਂ ਕੱਢਦੇ ਉਹਨੂੰ ਧੁਨੀਆਂ ਕਹਿੰਦੇ ਹੈ। ਠੀਕ ਹੈ, ਆਪਸ਼ਨ ਡੀ ਰਾਈਟ ਆਪਸ਼ਨ ਹੈ। ਨੈਕਸਟ ਦੇਖੋ, ਭਾਸ਼ਾ ਦੀ ਬੁਨਿਆਦੀ ਇਕਾਈ ਕੀ ਹੈ, ਸ਼ਬਦ, ਵਾਕ, ਧੁਨੀ ਕੀ ਅਰਥ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਭਾਸ਼ਾ ਦੀ ਬੁਨਿਆਦੀ ਇਕਾਈ ਕੀ ਹੈ ਸਟੂਡੈਂਟ। ਭਾਸ਼ਾ ਦੀ ਬੁਨਿਆਦੀ ਇਕਾਈ ਧੁਨੀ ਹੈ। ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਮੁਕਤ, ਠੀਕ ਹੈ, ਅਰਥਹੀਨ ਇਕਾਈ ਜਾਂ ਬੁਨਿਆਦੀ ਇਕਾਈ ਜਿਹੜੀ ਧੁਨੀ ਹੈ, ਤੁਸੀਂ ਯਾਦ ਰੱਖਣਾ ਇਹ। ਨੈਕਸਟ ਦੇਖੋ, ਧੁਨੀ ਨੂੰ ਕਿਹੜੇ ਕਿਹੜੇ ਤਰੀਕੇ, ਧੁਨੀ ਨੂੰ ਕਿੰਨੇ ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ। ਧੁਨੀ ਕੀ ਹੈ, ਮੂੰਹ ਵਿੱਚੋਂ ਨਿਕਲੀ ਆਵਾਜ਼, ਭਾਸ਼ਾ ਦੀ ਬੁਨਿਆਦੀ ਇਕਾਈ, ਭਾਸ਼ਾ ਦੀ ਸਭ ਤੋਂ ਛੋਟੀ ਅਰਥਹੀਣ ਇਕਾਈ, ਠੀਕ ਹੈ। ਸੋ ਧੁਨੀ ਨੂੰ ਕਿੰਨੇ ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ, 4, 3, 5, 2। ਸਟੂਡੈਂਟ, ਧੁਨੀ ਨੂੰ 3 ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ, ਤੁਸੀਂ ਯਾਦ ਰੱਖਣਾ ਧੁਨੀ ਜਿਹੜੀ ਹੈ ਇਹਨੂੰ 3 ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ। ਠੀਕ ਹੈ, ਧੁਨੀ ਨੂੰ 3 ਕਿਹੜੇ ਕਿਹੜੇ ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ। ਹੁਣ ਸਾਨੂੰ ਇੰਨਾ ਕਲੀਅਰ ਹੋ ਗਿਆ ਕਿ ਜਿਹੜੀ ਧੁਨੀ ਹੈ ਬੁਨਿਆਦੀ ਇਕਾਈ ਹੈ ਭਾਸ਼ਾ ਦੀ, ਹੈ ਨਾ, ਛੋਟੀ ਤੋਂ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਹੈ, ਹੈ ਨਾ, ਇਹਨੂੰ 3 ਤਰੀਕਿਆਂ ਰਾਹੀਂ ਸਮਝਿਆ ਜਾ ਸਕਦਾ। ਸੋ ਧੁਨੀ ਨੂੰ ਸਮਝਣ ਲਈ 3 ਤਰੀਕੇ ਕਿਹੜੇ ਕਿਹੜੇ ਆ, ਉਚਾਰ, ਸੰਚਾਰ, ਸ਼ਰਵਣੀ, ਉਪਰੋਕਤ ਸਾਰੇ। ਸਰਵਣੀ ਹੁੰਦਾ ਸੁਣਨਾ, ਸ਼ਰਵਣ ਕਰਨਾ, ਸੁਣਨਾ, ਹੈ ਨਾ। ਸਾਡੇ ਕੋਲ ਆਪਸ਼ਨ ਡੀ ਜਿਹੜਾ ਰਾਈਟ ਆਂਸਰ ਹੈ। ਉਚਾਰ, ਜਦੋਂ ਅਸੀਂ ਕਿਸੇ ਬੋਲ ਕੇ ਕੋਈ ਧੁਨੀ ਬੋਲਦੇ ਹਾਂ, ਹੈ ਨਾ, ਧੁਨੀ ਕੀ ਹੈ, ਆਵਾਜ਼ ਹੈ। ਜਦੋਂ ਅਸੀਂ ਕੋਈ ਸ਼ਬਦ ਬੋਲ, ਹੁਣ ਧੁਨੀ ਨੂੰ ਕਿਹੜੇ ਤਰੀਕੇ ਨਾਲ ਸਮਝਿਆ ਜਾਂਦਾ, ਉਚਾਰ ਕੇ, ਬੋਲ ਕੇ। ਸੰਚਾਰ, ਇੱਕ ਦੂਸਰੇ ਦੀ ਗੱਲ, ਇੱਕ ਦੂਸਰੇ ਨਾਲ ਆਪਸੀ ਗੱਲਬਾਤ ਕਰਕੇ ਅਤੇ ਸੁਣ ਕੇ, ਠੀਕ ਹੈ, ਬੋਲ ਕੇ, ਸੁਣ ਕੇ, ਸੰਚਾਰ ਕਰਕੇ, ਮੀਨਸ ਕਿ ਬੋਲ ਕੇ ਅਤੇ ਸੁਣ ਕੇ ਆਪਸੀ ਗੱਲਬਾਤ ਰਾਹੀਂ ਅਸੀਂ ਧੁਨੀ ਨੂੰ ਸਮਝ ਸਕਦੇ ਹਾਂ। ਠੀਕ ਹੈ, ਉਚਾਰ ਬੋਲਣਾ, ਸੰਚਾਰ ਸੁਣਨਾ ਅਤੇ ਬੋਲਣਾ, ਅਤੇ ਸ਼ਰਵਣੀ ਸੁਣਨਾ। ਠੀਕ ਹੈ, 3 ਤਰੀਕਿਆਂ ਨਾਲ, ਉਚਾਰ, ਸੰਚਾਰ ਅਤੇ ਸ਼ਰਵਣੀ ਰਾਹੀਂ ਅਸੀਂ ਧੁਨੀ ਨੂੰ ਸਮਝ ਸਕਦੇ ਹਾਂ। ਨੈਕਸਟ ਦੇਖੋ, ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ। ਹੁਣ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਨੇ, ਆਵਾਜ਼ਾਂ ਨੇ, ਇਹਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ, ਕਿੰਨੇ ਵਰਗਾਂ ਵਿੱਚ ਵੰਡਿਆ ਗਿਆ, 3, 4, 5, 2। ਸਟੂਡੈਂਟ, ਰਾਈਟ ਆਂਸਰ ਹੈ ਸਾਡੇ ਕੋਲ 2। ਠੀਕ ਹੈ, ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ 2 ਵਰਗਾਂ ਵਿੱਚ ਵੰਡਿਆ ਗਿਆ। ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਸਮਝਣ ਵਾਸਤੇ 3 ਤਰੀਕੇ ਹੈ, ਉਚਾਰ, ਸੰਚਾਰ ਅਤੇ ਸ਼ਰਵਣ। ਠੀਕ ਹੈ,
ਅਤੇ ਦੋ ਪੰਜਾਬੀ ਦੀਆਂ ਦੋ ਵਰਗਾਂ ਵਿੱਚ ਵੰਡਿਆ ਪੰਜਾਬੀ ਦੀਆਂ ਧੁਨੀਆਂ ਨੂੰ। ਪੰਜਾਬੀ ਭਾਸ਼ਾ ਦੀਆਂ ਦੋ ਧੁਨੀਆਂ ਕਿਹੜੀਆਂ ਕਿਹੜੀਆਂ ਹਨ? ਹੁਣ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ, ਉਹ ਦੋ ਵਰਗ ਕਿਹੜੇ ਕਿਹੜੇ ਆ? ਸਵਰ ਧੁਨੀਆਂ, ਵਿਅੰਜਨ ਧੁਨੀਆਂ, ਨਾਸਕੀ ਵਿਅੰਜਨ ਕਿ ਉਪਰੋਕਤ ਏ ਅਤੇ ਬੀ। ਵੈਰੀ ਇੰਪੋਰਟੈਂਟ ਅਤੇ ਈਜ਼ੀ ਕੁਐਸਚਨ ਆਂਸਰ ਆਏਗਾ ਸਾਡੇ ਕੋਲ ਬੀ, ਪੰਜਾਬੀ ਦੀਆਂ ਦੋ ਧੁਨੀਆਂ ਏ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਠੀਕ ਹੈ, ਸੋ ਅੱਜ ਦੀ ਕਲਾਸ ਦਾ ਸਟੂਡੈਂਟ ਲਾਸਟ ਕੁਐਸਚਨ ਹੈ, ਪੰਜਾਬੀ ਦੀ ਕਿਹੜੀ ਉਪਭਾਸ਼ਾ ਨੂੰ ਮਿਆਰੀ ਉਪਭਾਸ਼ਾ ਮੰਨਿਆ ਗਿਆ ਹੈ? ਮਿਆਰੀ ਉਪਭਾਸ਼ਾ ਕਿਹੜੀ ਹੁੰਦੀ? ਸ਼ੁੱਧ ਉਪਭਾਸ਼ਾ, ਸ਼ੁੱਧ ਭਾਸ਼ਾ ਹੁੰਦੀ ਹੈ ਕਿਸੇ ਭਾਸ਼ਾ ਦੀ। ਠੀਕ ਹੈ, ਕੇਂਦਰੀ ਭਾਸ਼ਾ ਵੀ ਇਹਨੂੰ ਕਹਿੰਦੇ, ਟਕਸਾਲੀ ਭਾਸ਼ਾ ਵੀ ਕਹਿੰਦੇ। ਸੋ ਪੰਜਾਬੀ ਦੀ ਕਿਹੜੀ ਉਪਭਾਸ਼ਾ ਜਿਹੜੀ ਟਕਸਾਲੀ, ਮਿਆਰੀ ਜਾਂ ਕੇਂਦਰੀ ਉਪਭਾਸ਼ਾ? ਦੁਆਬੀ, ਮਾਝੀ, ਮਲਵਈ ਕਿ ਮੁਲਤਾਨੀ? ਜਿਹੜੀ ਮਾਝੀ ਉਪਭਾਸ਼ਾ ਸਟੂਡੈਂਟ, ਇਹ ਪੰਜਾਬੀ ਦੀ ਮਿਆਰੀ ਉਪਭਾਸ਼ਾ ਹੈ, ਟਕਸਾਲੀ ਭਾਸ਼ਾ ਹੈ, ਕੇਂਦਰੀ ਭਾਸ਼ਾ ਹੈ। ਠੀਕ ਹੈ, ਪੰਜਾਬ ਦੇ ਮੱਧ ਵਿੱਚ ਹੋਣ ਕਰਕੇ ਇਸ ਨੂੰ ਕੇਂਦਰੀ ਭਾਸ਼ਾ ਮੰਨਿਆ ਗਿਆ। ਠੀਕ ਹੈ, ਔਰ ਮਾਝੀ ਜਿਹੜੀ ਉਪਭਾਸ਼ਾ ਗੀ ਇਹ ਕਿੱਥੇ ਕਿੱਥੇ ਵਰਤੀ ਜਾਂਦੀ ਹੈ? ਟਕਸਾਲੀ ਭਾਸ਼ਾ ਇਹਨੂੰ ਕਹਿੰਦੇ ਆ। ਇਹ ਸਮਾਚਾਰ ਪੱਤਰਾਂ ਸਾਡੀਆਂ ਪਾਠ ਪੁਸਤਕਾਂ ਦੇ ਵਿੱਚ, ਟੈਲੀਵਿਜ਼ਨ 'ਚ ਜੋ ਖਬਰਾਂ ਆਉਂਦੀਆਂ, ਰੇਡੀਓ ਚੈਨਲਾਂ 'ਤੇ ਜੋ ਪੰਜਾਬੀ ਦੇ ਵਿੱਚ ਪ੍ਰੋਗਰਾਮ ਆਉਂਦੇ, ਉੱਥੇ ਭਾਸ਼ਾ ਵਰਤੀ ਜਾਂਦੀ ਹੈ। ਟਕਸਾਲੀ ਭਾਸ਼ਾ ਸਾਡੀ ਮਾਝੀ। ਠੀਕ ਹੈ, ਸੋ ਸਟੂਡੈਂਟ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ। ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ MSW ਸਟੱਡੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਠੀਕ ਹੈ, ਔਰ ਕਲਾਸ ਨੂੰ ਤੁਸੀਂ ਸ਼ੇਅਰ ਕਰਨ ਦੇ ਨਾਲ ਨਾਲ ਲਾਈਕ ਵੀ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਕਲਾਸ ਕਿੱਦਾਂ ਦੀ ਲੱਗੀ। ਠੀਕ ਹੈ, ਅਗਰ ਤੁਸੀਂ ਪੇਡ ਕੋਰਸ ਲੈਣਾ ਚਾਹੁੰਦੇ ਹੋ ਤਾਂ ਪੇਡ ਕੋਰਸ ਦੀ ਫੀਸ ਬਹੁਤ ਘੱਟ ਹੈ, ਤੁਸੀਂ ਪੇਡ ਕੋਰਸ MSW ਸਟੱਡੀ ਐਪ ਦੇ ਵਿੱਚ ਲੈ ਸਕਦੇ ਹੋ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨੀ ਹੈ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ CDP ਪੂਰੀ ਤਿਆਰ ਕਰਵਾਈ ਜਾਏਗੀ 30 ਨੰਬਰ ਦੀ। ਠੀਕ ਹੈ, PSAT 1 ਦੇਣਾ, ETT ਕੀਤੀ ਹੋਈ, CDP ਪੰਜਾਬੀ, ਇੰਗਲਿਸ਼ ਤਿੰਨ ਸਬਜੈਕਟਾਂ ਦੀ 999 ਰੁਪਏ ਦੇ ਵਿੱਚ ਤੁਹਾਨੂੰ ਪੂਰੀ ਤਿਆਰੀ ਕਰਵਾਈ ਜਾਵੇਗੀ। PSAT 2 ਦੇਣਾ SST ਵਾਲੇ ਸਟੂਡੈਂਟ ਹੋ ਤਾਂ ਤੁਹਾਨੂੰ CDP ਪੰਜਾਬੀ, ਇੰਗਲਿਸ਼ ਅਤੇ SST ਦੀ ਪੂਰੀ ਤਿਆਰੀ ਕਰਵਾਈ ਜਾਏਗੀ ਕੇਵਲ 2000 ਰੁਪਏ ਦੇ ਵਿੱਚ। ਇਹ ਜਿਹੜੇ ਪੇਡ ਕੋਰਸ ਹੈ ਸਟੂਡੈਂਟ, ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ। ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ, PDF ਨੋਟਸ, ਤੁਹਾਡੇ ਮੌਕ ਟੈਸਟ ਹੋਣਗੇ, ਟਾਈਮ ਟੂ ਟਾਈਮ ਤੁਹਾਡੀਆਂ ਲਾਈਵ ਕਲਾਸਾਂ ਵੀ ਹੋਣਗੀਆਂ। ਜਿਵੇਂ ਕਿ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, 3 ਵਜੇ ਰਿਕਾਰਡਡ ਪੰਜਾਬੀ ਦੀ ਔਫਲਾਈਨ ਕਲਾਸ ਮੇਰੇ ਵੱਲੋਂ ਹੋਏ ਕਰੇਗੀ ਡੇਲੀ, ਦੁਪਹਿਰ 3 ਵਜੇ, 5:30 ਸ਼ਾਮ ਨੂੰ ਲਾਈਵ ਕਲਾਸ ਹੋਏ ਕਰੇਗੀ ਚੈਨਲ 'ਤੇ ਹਰਜੀਤ ਸਰ ਵੱਲੋਂ NCERT ਬੇਸਡ ਕੁਐਸਚਨ ਕਰਵਾਏ ਜਾਣਗੇ ਤੁਹਾਨੂੰ SST ਦੇ। ਔਰ ਸਟੂਡੈਂਟ 8:30 CDP ਦੀ ਕਲਾਸ ਹੋਇਆ ਕਰੇਗੀ ਤੁਹਾਡੀ ਲਾਈਵ MSW ਸਟੱਡੀ ਯੂਟਿਊਬ ਚੈਨਲ 'ਤੇ। ਔਰ ਲਾਸਟ ਕਲਾਸ ਜਿਹੜੀ ਦਿਨ ਵਿੱਚ ਹੋਏ ਕਰੇਗੀ, 9:30 ਲਾਈਵ ਕਲਾਸ ਹੋਏ ਕਰੇਗੀ SST ਦੀ ਮੇਰੇ ਵੱਲੋਂ, ਜਿਹਦੇ ਵਿੱਚ ਅਸੀਂ ਵਧੀਆ ਵਧੀਆ ਕੁਆਲਿਟੀ ਦੇ ਪੇਪਰ ਵਿੱਚ ਆਉਣ ਵਾਲੇ ਕੁਐਸਚਨ, ਫੁੱਲ ਚਾਂਸ ਨੇ ਜਿਨ੍ਹਾਂ ਦੇ ਐਗਜ਼ਾਮ ਵਿੱਚ ਆਉਂਦੇ, ਉਹ ਕੁਐਸਚਨ ਲਾਈਵ ਕਲਾਸ ਦੇ ਵਿੱਚ ਕਰਿਆ ਕਰਾਂਗੇ। ਠੀਕ ਹੈ, ਸੋ ਕਲਾਸ ਨਾਲ ਜ਼ਰੂਰ ਜੁੜਨਾ। ਠੀਕ ਹੈ, ਭੁੱਲਣਾ ਨਹੀਂ ਤੁਸੀਂ ਕਲਾਸ ਨਾਲ ਜੁੜਿਆ ਕਰਨਾ, ਲਾਈਵ ਕਲਾਸਾਂ ਵੀ ਔਰ ਰਿਕਾਰਡਡ ਕਲਾਸਾਂ ਵੀ ਜ਼ਰੂਰ ਤੁਸੀਂ ਦੇਖਣੀਆਂ। ਅਗਰ ਤੁਸੀਂ ਪੇਡ ਕੋਰਸ ਲੈਣਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰਾਪਤ ਕਰਨੀ ਤਾਂ ਸਟੂਡੈਂਟ ਤੁਸੀਂ 9878737352 ਨੰਬਰ, ਜਿਹੜਾ ਸਕਰੀਨ 'ਤੇ ਸ਼ੋ ਹੋ ਰਿਹਾ ਇਸ ਨੰਬਰ 'ਤੇ ਸਾਨੂੰ ਕੋਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਅਜੇ ਤੱਕ ਜੁਆਇਨ ਨਹੀਂ ਹੋਏ ਤਾਂ ਸਟੂਡੈਂਟ ਵਟਸਐਪ ਗਰੁੱਪ ਨਾਲ ਜੁਆਇਨ ਹੋ ਜਾਓ, ਓਪਨ MCQ, ਫਰੀ MCQ ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਤੁਸੀਂ ਕਰ ਸਕਦੇ ਹੋ। ਅਗਰ ਤੁਸੀਂ ਵਟਸਐਪ ਗਰੁੱਪ ਨਾਲ ਜੁਆਇਨ ਹੋਣਾ ਤਾਂ ਸਟੂਡੈਂਟ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਤੁਸੀਂ ਸਾਨੂੰ ਲਿਖ ਕੇ ਸੈਂਡ ਕਰੋਗੇ, ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰਾਂਗੇ। ਔਰ ਇੰਪੋਰਟੈਂਟ ਗੱਲ ਇਹ, ਮਹੱਤਵਪੂਰਨ ਗੱਲ ਇਹ ਹੈ ਸਟੂਡੈਂਟ, ਤੁਸੀਂ ਟੈਲੀਗ੍ਰਾਮ ਚੈਨਲ MSW ਸਟੱਡੀ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊ
ਫਿਊਚਰ ਕੋਈ ਵੀ PDF ਨੋਟਸ ਹੈ ਤੁਹਾਡੇ ਮੋਕ ਟੈਸਟ ਹੋਣੇ ਹੈ ਜਾਂ ਫਿਰ ਕੋਈ ਵੀ ਓਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਨੂੰ ਲੈ ਕੇ ਕੋਈ ਆਂਸਰ ਕੀ ਆਉਂਦੀ ਹੈ ਐਕਸਪੈਕਟਡ ਆਂਸਰ ਕੀ ਹੈ ਜਾਂ ਓਫੀਸ਼ੀਅਲ ਆਂਸਰ ਕੀ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਪ੍ਰੋਵਾਈਡ ਕੀਤੀ ਜਾਵੇਗੀ ਸੋ ਥੈਂਕ ਯੂ ਸੋ ਮੱਚ ਥੈਂਕਸ ਫੋਰ ਵਾਚਿੰਗ ਡੇਲੀ ਕਲਾਸ ਨਾਲ ਜੁੜੋ ਵੱਧ ਤੋਂ ਵੱਧ ਸਟੂਡੈਂਟ ਸਾਡੇ ਨਾਲ ਜੁੜ ਕੇ ਪੇਡ ਕੋਰਸ ਲੈ ਬਹੁਤ ਘੱਟ ਫੀਸ ਵਿੱਚ ਪੇਡ ਕੋਰਸ ਲੈ ਕੇ ਵੀ ਸਟੱਡੀ ਕਰ ਸਕਦੇ ਹੋ ਔਰ ਓਪਨ ਫਰੀ MCQ ਕਰਕੇ ਵੀ ਆਪਣਾ ਜਿਹੜਾ ਪੇਪਰ ਹੈ ਕੁਆਲੀਫਾਈ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਹਰ ਇੱਕ ਕੁਐਸਚਨ ਦਾ ਆਂਸਰ ਦੇਣ ਲਈ ਠੀਕ ਹੈ ਸੋ ਥੈਂਕ ਯੂ ਸਟੂਡੈਂਟ ਧੰਨਵਾਦ ਥੈਂਕਸ ਫੋਰ ਵਾਚਿੰਗ